ਅਫੀਮ, ਕਾਲਾ ਮਾਲ, ਕਾਲੀ ਨਾਗਣੀ ਜਾਂ ਅਫਗਾਨੀ ਮਾਲ, ਇਹ ਨਾਮ ਸੁਣਦਿਆਂ ਸਾਰੀ ਕੰਨ ਜੇ ਖੜ੍ਹੇ ਹੋ ਜਾਂਦੇ ਆ, ਖਾਸ ਕਰ ਪੰਜਾਬੀਆਂ ਦੇ ਤਾਂ ਜ਼ਿਆਦਾ, ਕਿਉਂਕਿ ਸਾਡੇ ਪੰਜਾਬੀਆਂ ਦੇ ਬਹੁਤਾਂਤ ਗਾਣਿਆਂ ਦੇ ਵਿੱਚ ਇਹਦਾ ਨਾਮ ਲਿਆ ਜਾਂਦਾ ਹੈ। ਅਤੇ ਹੁਣ ਤਾਂ ਸਾਡੀ ਵਿਧਾਨ ਸਭਾ ਦੇ ਵਿੱਚ ਵੀ ਫੀਮ ਦਾ ਨਾਮ ਆਇਆ ਸੀ। ਫੀਮ ਨੂੰ ਲੈ ਕੇ ਇੱਕ ਮੁੱਦਾ ਉੱਠਿਆ ਸੀ ਕਿ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਕੀਤੀ ਜਾਏ। ਕੁਛ ਲੋਕਾਂ ਨੇ ਉਹਨੂੰ ਸਰਾਹਿਆ ਵੀ ਹਾਂ ਕਰਨੀ ਚਾਹੀਦੀ ਹੈ, ਕੁਛ ਨੇ ਉਹਦੇ ਖਿਲਾਫ਼ ਵੀ ਬਿਆਨਬਾਜ਼ੀ ਕੀਤੀ। ਹੁਣ ਇਹ ਹੈ ਕੀ ਹੈ, ਅਫੀਮ ਦਾ ਸਾਡੇ ਨਾਲ ਕੀ ਰਿਸ਼ਤਾ ਹੈ, ਮਨੁੱਖੀ ਸੱਭਿਅਤਾ ਨਾਲ ਅਫੀਮ ਦਾ ਕੀ ਰਿਸ਼ਤਾ ਹੈ, ਕਦੋਂ ਕੁ ਤੋਂ ਸਾਡੇ ਨਾਲ ਅਫੀਮ ਜੁੜੀ ਹੋਈ ਹੈ, ਇਹ ਸਾਰਾ ਕੁਛ ਅੱਜ ਦੀ ਵੀਡੀਓ 'ਚ ਜਾਣਾਂਗੇ। ਪਰ ਸ਼ਰਤ ਹੈ ਵੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਰਦਾਰ ਪ੍ਰੋ ਦੇ ਵਿੱਚ। ਅਫੀਮ, ਅਫੀਮ ਦੀ ਜੇਕਰ ਗੱਲ ਕਰੀਏ ਤਾਂ ਅਫੀਮ ਇੱਕੋ ਬੂਟੇ ਤੋਂ ਉੱਗਣ ਵਾਲੀ ਇਹੋ ਜਿਹੀ ਚੀਜ਼ ਹੈ। ਇੱਕ ਬੂਟੇ ਦੇ ਉੱਤੇ ਪਹਿਲਾਂ ਫੁੱਲ ਉੱਗਦਾ ਹੈ, ਫਿਰ ਉਹਦਾ ਫਲ ਆਉਂਦਾ ਹੈ। ਉਸ ਫਲ ਨੂੰ ਆਪਾਂ ਪੰਜਾਬੀ ਦੇ ਵਿੱਚ ਡੋਡਾ ਵੀ ਕਹਿ ਦਿੰਦੇ ਹਾਂ। ਅਤੇ ਉਸ ਦੇ ਉੱਤੇ ਪੱਚ ਲਾਉਣ ਤੋਂ ਬਾਅਦ ਫੀਮ ਨਿਕਲਦੀ ਹੈ ਅਤੇ ਉਸ ਦੇ ਵਿੱਚੋਂ ਹੀ ਖਸਖਸ ਨਿਕਲਦੀ ਹੈ। ਗੱਲ ਮੁਕਾਈਏ, ਉਹ ਪੂਰੇ ਦਾ ਪੂਰਾ ਬੂਟਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਪੋਪੀ ਕਹਿੰਦੇ ਹਾਂ ਅਤੇ ਪੰਜਾਬੀ 'ਚ ਆਪਾਂ ਪੋਸਤ ਕਹਿੰਦੇ ਹਾਂ, ਉਹ ਪੂਰੇ ਦੇ ਪੂਰੇ ਬੂਟੇ ਤੋਂ ਕੰਮ ਲਿਆ ਜਾਂਦਾ। ਅਤੇ ਇੱਥੋਂ ਤੱਕ ਵੀ ਕਿਹਾ ਜਾਂਦਾ, ਇੱਕ ਉੱਘੇ ਇਤਿਹਾਸਕਾਰ ਅਮਿਤਾਭ ਘੋਸ਼ ਨੇ ਇੱਥੋਂ ਤੱਕ ਕਿਹਾ ਕਿ ਇਸ ਬੂਟੇ ਨੇ ਆਪਣੀ ਕੈਮਿਸਟਰੀ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਕਿ ਮਨੁੱਖੀ ਸੱਭਿਅਤਾ ਇਸ ਨੂੰ ਆਪਣੇ ਨਾਲ ਨਾਲ ਅੱਗੇ ਲੈ ਕੇ ਚੱਲੇ ਅਤੇ ਇਹਨੂੰ ਫੈਲਾਏ। ਅਫੀਮ ਦੇ ਜਿਹੜੇ ਬੂਟੇ ਦੀ ਆਪਾਂ ਗੱਲ ਕੀਤੀ ਹੈ, ਊਂ ਤਾਂ ਉਹ ਨਸ਼ੇ ਵਾਸਤੇ ਬਦਨਾਮ ਹੈ, ਪਰ ਇਹਦੇ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ। ਅਤੇ ਮੈਂ ਇਹ ਵੀ ਨਾਲ ਹੀ ਦੱਸ ਦਿਆਂ ਵੀ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਹੈਰੋਇਨ ਵੀ ਇਸੇ ਤੋਂ ਹੀ ਬਣਦਾ। ਅਫੀਮ ਹਾਲਾਂਕਿ ਇੱਕ ਕੁਦਰਤੀ ਰੂਪ ਹੈ ਉਹਦਾ, ਉਹਨੂੰ ਕੁਝ ਪ੍ਰੋਸੈਸ ਕਰਨ ਤੋਂ ਬਾਅਦ ਉਹਦਾ ਸਿੰਥੈਟਿਕ ਰੂਪ ਜਿਹੜਾ ਬਣਦਾ ਉਹ ਹੈਰੋਇਨ ਹੁੰਦਾ, ਜਿਹੜਾ ਕਿ ਬਹੁਤ ਜ਼ਿਆਦਾ ਮਾਰੂ ਅਤੇ ਘਾਤਕ ਸਿੱਧ ਹੁੰਦਾ ਮਨੁੱਖ ਲਈ। ਹੁਣ ਜੇਕਰ ਆਪਾਂ ਗੱਲ ਕਰੀਏ ਮਨੁੱਖ ਅਤੇ ਅਫੀਮ ਦਾ ਇਤਿਹਾਸ ਕਿੰਨਾ ਕੁ ਪੁਰਾਣਾ, ਕਿਹਾ ਜਾਂਦਾ ਹੈ ਵੀ ਨਵ ਪਸ਼ਾਣ ਯੁੱਗ, ਜਾਣੀ ਕਿ ਤਕਰੀਬਨ ਅੱਜ ਤੋਂ 10,000 ਸਾਲ ਪਹਿਲਾਂ, ਜਦੋਂ ਤੋਂ ਮਨੁੱਖ ਨੇ ਖੇਤੀ ਕਰਨੀ ਸ਼ੁਰੂ ਕੀਤੀ ਜਾਂ ਪਸ਼ੂ ਪਾਲਣ ਕਰਨਾ ਸ਼ੁਰੂ ਕੀਤਾ, ਉਦੋਂ ਤੋਂ ਹੀ ਅਫੀਮ ਦਾ ਸੰਬੰਧ ਮਨੁੱਖ ਨਾਲ ਜੁੜ ਗਿਆ ਸੀ। ਸਵਿਟਜ਼ਰਲੈਂਡ, ਸਪੇਨ ਅਤੇ ਜਰਮਨੀ ਦੇ ਵਿੱਚ ਇਹਦੇ ਅਵਸ਼ੇਸ਼ ਮਿਲੇ ਹੈ ਬਹੁਤ ਪੁਰਾਣੇ, ਜਿੱਥੋਂ ਪਤਾ ਲੱਗਦਾ ਹੈ ਕਿ ਮਨੁੱਖ ਤੇ ਅਫੀਮ ਦਾ ਸੰਬੰਧ ਤਕਰੀਬਨ 10,000 ਸਾਲ ਪੁਰਾਣਾ। ਮੈਸੋਪੋਟਾਮੀਆ ਦੇ ਵਿੱਚ ਇਸ ਬੂਟੇ ਨੂੰ ਹੁਲਗਿਲ ਕਿਹਾ ਜਾਂਦਾ ਹੈ, ਜਿਹਦਾ ਮਤਲਬ ਹੁੰਦਾ ਹੈ ਖੁਸ਼ੀ ਦਾ ਪੌਦਾ ਜਾਂ ਖੁਸ਼ੀ ਦਾ ਬੂਟਾ। ਗ੍ਰੀਸ ਦੇ ਇੱਕ ਬਹੁਤ ਪੁਰਾਣੇ ਤੇ ਉੱਘੇ ਡਾਕਟਰ ਹੋਏ ਆ ਹਿਪੋਕ੍ਰੀਟਸ, ਜਿਨ੍ਹਾਂ ਦੀ ਲਿਖੀ ਸ਼ਬਦ ਹੈ ਉਹ ਹਰੇਕ ਡਾਕਟਰ ਨੂੰ ਲੈਣੀ ਪੈਂਦੀ ਹੈ, ਅਤੇ ਉਹਨਾਂ ਨੂੰ ਫਾਦਰ ਆਫ ਮੈਡੀਸਿਨ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਵੀ ਅਫੀਮ ਨੂੰ ਇੱਕ ਕਾਰਗਰ ਦਵਾ ਦੇ ਰੂਪ ਦੇ ਵਿੱਚ ਮੰਨਿਆ। ਮਿਸਰ, ਰੋਮ ਅਤੇ ਭਾਰਤ ਦੇ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਦਵਾਈ ਦੇ ਰੂਪ ਦੇ ਵਿੱਚ ਅਫੀਮ ਦਾ ਇਸਤੇਮਾਲ ਹੁੰਦਾ ਰਿਹਾ ਹੈ ਅਤੇ ਧਾਰਮਿਕ ਕਰਮਕਾਂਡਾਂ ਦੇ ਵਿੱਚ ਵੀ ਹੁੰਦਾ ਰਿਹਾ। ਹੁਣ ਆਪਾਂ ਗੱਲ ਕਰਨੀ ਹੈ ਵੀ ਅਸਲ ਦੇ ਵਿੱਚ ਜਿਹੜੀ ਅਫੀਮ ਹੈ ਉਹ ਭਾਰਤ ਦੇ ਵਿੱਚ ਆਈ ਕਿਵੇਂ, ਇਹਦੀ ਸਾਡੇ ਤੱਕ ਪਹੁੰਚ ਕਿਵੇਂ ਹੋਈ। ਇਤਿਹਾਸ ਦੇ ਵਿੱਚ 2 ਕਿਤਾਬਾਂ ਦੇ ਵਿੱਚ ਅਫੀਮ ਦਾ ਜ਼ਿਕਰ ਮਿਲਦਾ ਹੈ, ਜਿੱਥੋਂ ਸ਼ੁਰੂਆਤੀ ਤੌਰ 'ਤੇ ਅਫੀਮ ਦਾ ਪਤਾ ਲੱਗਾ ਭਾਰਤ ਦੇ ਵਿੱਚ। ਪਹਿਲੀ ਕਿਤਾਬ ਹੈ ਧਨਵੰਤਰੀ ਨਿਘੰਟੂ, ਜਿਹੜੀ 10ਵੀਂ ਸ਼ਤਾਬਦੀ ਦੇ ਵਿੱਚ ਲਿਖੀ ਗਈ, ਅਤੇ ਦੂਜੀ ਕਿਤਾਬ ਹੈ ਅਬਦੁਲ ਫਜ਼ਲ ਦੁਆਰਾ ਲਿਖੀ ਗਈ ਆਈਨੇ ਅਕਬਰੀ, ਜਿਹਦੇ ਵਿੱਚ ਅਫੀਮ ਦਾ ਜ਼ਿਕਰ ਮਿਲਦਾ ਹੈ। ਇਹਨਾਂ ਕਿਤਾਬਾਂ ਦੇ ਅਨੁਸਾਰ ਪਹਿਲਾਂ ਪਹਿਲ ਭਾਰਤ ਦੇ ਵਿੱਚ ਅਫੀਮ ਦੀ ਵਰਤੋਂ ਸਿਰਫ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਸੀ, ਮੈਡੀਸਨ ਯੂਜ਼ ਵਾਸਤੇ ਕੀਤੀ ਜਾਂਦੀ ਸੀ।
ਫਿਰ ਜਦੋਂ ਤੁਰਕਾਂ ਦਾ ਸਮਾਂ ਆਇਆ ਉਦੋਂ ਇਹ ਜਿਹੜੀ ਖਸਖਸ ਦੀ ਖੇਤੀ ਹੈ ਜਾਂ ਆਪਾਂ ਇਹਨੂੰ ਪੋਸਤ ਦੀ ਖੇਤੀ ਕਹਿ ਲਈਏ, ਅਫੀਮ ਦੀ ਖੇਤੀ ਕਹਿ ਲਈਏ, ਇਸ ਨੂੰ ਬਹੁਤ ਜ਼ਿਆਦਾ ਵਧਾਇਆ ਗਿਆ। ਉਸ ਸਮੇਂ ਖੇਤੀ ਨੂੰ ਹਵਾ ਮਿਲਣੀ ਲਾਜ਼ਮੀ ਵੀ ਸੀ, ਕਿਉਂਕਿ ਉਸ ਵੇਲੇ ਦੇ ਜਿਹੜੇ ਖੁਦ ਮੁਗਲ ਬਾਦਸ਼ਾਹ ਹੈ, ਚਾਹੇ ਉਹ ਅਕਬਰ ਹੋਏ, ਹਮਾਯੂ ਹੋਏ, ਚਾਹੇ ਜਹਾਂਗੀਰ ਹੋਏ, ਉਹ ਖੁਦ ਅਫੀਮ ਦੇ ਬੜੇ ਦੀਵਾਨੇ ਸੀਗੇ। ਬਾਦਸ਼ਾਹ ਜਹਾਂਗੀਰ ਬਾਰੇ ਤਾਂ ਇੱਕ ਕਿੱਸਾ ਮਸ਼ਹੂਰ ਹੈ ਕਿ ਉਹਨਾਂ ਨੂੰ ਕਹਿੰਦੇ ਆ ਵੀ ਬਹੁਤ ਜ਼ਿਆਦਾ ਸ਼ਰਾਬ ਪੀਣ ਦੀ ਲੱਤ ਲੱਗੀ ਹੋਈ ਸੀ, ਅਤੇ ਕਿਸੇ ਸ਼ੁਭ ਚਿੰਤਕ ਨੇ ਸੁਝਾਅ ਦਿੱਤਾ ਵੀ ਬਾਦਸ਼ਾਹ ਨੂੰ ਅਫੀਮ ਦੇਣੀ ਸ਼ੁਰੂ ਕਰ ਦਿਓ, ਵੀ ਜ਼ਹਿਰ ਨੂੰ ਜ਼ਹਿਰ ਕੱਟਦਾ ਹੈ, ਤਾਂ ਅਫੀਮ ਦੇਣੀ ਸ਼ੁਰੂ ਕਰਤੀ। ਹਾਲਾਂਕਿ ਇਹਦੇ ਨਾਲ ਸ਼ਰਾਬ ਦੀ ਜਿਹੜੀ ਲੱਤ ਸੀ, ਸ਼ਰਾਬ ਦੀ ਆਦਤ ਸੀ, ਉਹ 'ਤੇ ਤਾਂ ਕੋਈ ਫਰਕ ਨਹੀਂ ਪਿਆ, ਪਰ ਇਹਦੇ ਨਾਲ ਨਾਲ ਬਾਦਸ਼ਾਹ ਜਹਾਂਗੀਰ ਅਫੀਮਚੀ ਵੀ ਹੋ ਗਿਆ। ਅਤੇ ਉਸ ਤੋਂ ਬਾਅਦ ਜਿਹੜੀ ਰਹਿੰਦੀ ਉਮਰ ਹੈ, ਰੋਜ਼ 3 ਵਾਰ ਦਿਨ ਦੇ ਵਿੱਚ ਅਫੀਮ ਖਾਂਦਿਆਂ ਗੁਜ਼ਾਰੀ। ਹਾਲਾਂਕਿ ਉਸ ਵੇਲੇ ਐਂ ਹੁੰਦਾ ਸੀ ਵੀ ਅਫੀਮ ਦੀ ਖੇਤੀ ਕੌਣ ਕਿੰਨੀ ਅਤੇ ਕਦੋਂ ਕਰੇਗਾ, ਇਹ ਸਾਰਾ ਕੁਛ ਬਾਦਸ਼ਾਹ ਦੱਸਦਾ ਹੁੰਦਾ ਸੀ, ਉਹਦੇ ਰਾਜ ਪ੍ਰਬੰਧ ਦੇ ਲੋਕ ਦੱਸਦੇ ਹੁੰਦੇ ਸੀ। ਮਤਲਬ ਕਿ ਉਦੋਂ ਵੀ ਜਿਹੜੀ ਅਫੀਮ ਦਾ ਪ੍ਰਬੰਧ ਹੈ ਉਹ ਸ਼ਾਸਨ ਦੇ ਹੱਥਾਂ ਵਿੱਚ ਹੁੰਦਾ ਸੀ, ਉਤਪਾਦਨ ਦੇ ਨਾਲ ਨਾਲ ਇਸ ਨੂੰ ਡਿਸਟ੍ਰੀਬਿਊਟ ਕਰਨ ਦਾ ਜਿਹੜਾ ਕੰਮ ਹੈ ਉਹ ਵੀ ਸ਼ਾਸਨ ਦੇ ਹੱਥਾਂ ਵਿੱਚ ਹੁੰਦਾ ਸੀ। ਹਾਲਾਂਕਿ ਮੁਗਲਾਂ ਦੀ ਕਮਾਈ ਦਾ ਵੱਡਾ ਸਾਧਨ ਇਹ ਅਫੀਮ ਦਾ ਵਪਾਰ ਹੀ ਹੁੰਦਾ ਸੀ। ਫਿਰ ਸਮੇਂ ਦੇ ਬੀਤਣ ਦੇ ਨਾਲ ਨਾਲ ਜਿਉਂ ਜਿਉਂ ਮੁਗਲਾਂ ਦੀ ਤਾਕਤ ਘਟਦੀ ਗਈ, ਇਸੇ ਤਰ੍ਹਾਂ ਉਹਨਾਂ ਦਾ ਅਫੀਮ ਦੇ ਵਪਾਰ ਤੋਂ ਜਿਹੜੀ ਪਕੜ ਹੈ ਉਹ ਵੀ ਘਟਦੀ ਗਈ। ਫਿਰ 17ਵੀਂ ਸਦੀ ਦੇ ਵਿੱਚ ਆ ਕੇ ਇਹ ਜਿਹੜਾ ਅਫੀਮ ਦਾ ਕੰਟਰੋਲ ਹੈ ਭਾਰਤ ਦੇ ਵਿੱਚ, ਇਹ ਆ ਗਿਆ ਅੰਗਰੇਜ਼ਾਂ ਦੇ ਹੱਥ ਦੇ ਵਿੱਚ। ਅਸਲ ਦੇ ਵਿੱਚ ਅਫੀਮ ਦੇ ਵਪਾਰ ਦਾ ਖੇਲ ਫਿਰ ਇੱਥੋਂ ਸ਼ੁਰੂ ਹੁੰਦਾ ਹੈ, ਕਿਉਂਕਿ ਉਹਨਾਂ ਨੇ ਫਿਰ ਇਸ ਨੂੰ ਇੱਕ ਬਿਜ਼ਨਸ ਆਈਡੀਆ ਤੌਰ ਤੇ ਅੱਗੇ ਯੂਜ਼ ਕੀਤਾ। ਅੰਗਰੇਜ਼ਾਂ ਨੇ ਅਫੀਮ ਤੋਂ ਹੋਣ ਵਾਲੇ ਮੁਨਾਫੇ ਨੂੰ ਦੇਖਦਿਆਂ ਹੋਇਆਂ ਲੋਕਾਂ ਨੂੰ ਅਫੀਮ ਦੀ ਖੇਤੀ ਵਾਸਤੇ ਲੁਭਾਉਣਾ ਸ਼ੁਰੂ ਕਰਤਾ, ਉਹਨਾਂ ਨੂੰ ਘੱਟ ਵਿਆਜ ਤੇ ਛੋਟੀਆਂ ਕਿਸ਼ਤਾਂ ਤੇ ਕਰਜ਼ਾ ਦੇਣਾ ਸ਼ੁਰੂ ਕਰਤਾ, ਤੇ ਅੱਗੇ ਜਿਹੜੇ ਜ਼ਿਮੀਂਦਾਰ ਸੀਗੇ, ਵੱਡੇ ਜ਼ਿਮੀਂਦਾਰ ਜਿਨ੍ਹਾਂ ਦੇ ਥੱਲੇ ਕਈ ਕਈ ਕਿਸਾਨ ਕੰਮ ਕਰਦੇ ਸੀ, ਉਹਨਾਂ ਨੇ ਵੀ ਕਿਸਾਨਾਂ ਨੂੰ ਅਫੀਮ ਬੀਜਣ ਵਾਸਤੇ ਮਜਬੂਰ ਕਰਨਾ ਸ਼ੁਰੂ ਕਰਤਾ। ਗੱਲ ਮੁਕਾਈਏ ਜੀ 1770 ਤੱਕ ਅਫੀਮ ਦਾ ਜਿਹੜਾ ਵਪਾਰ ਹੈ, ਜੋ ਉਹਦੀ ਬੋਣ ਦੀ ਸਮਰੱਥਾ ਹੈ, ਉਹ ਦੁੱਗਣੀ ਹੋ ਗਈ। ਕਿਸਾਨਾਂ ਨੂੰ ਇਹ ਉਸ ਵੇਲੇ ਬੜਾ ਮੁਨਾਫੇ ਦਾ ਧੰਦਾ ਲੱਗਿਆ, ਕਿਉਂਕਿ ਇਸ ਦੇ ਉੱਤੇ ਇੱਕ ਤਾਂ ਸਸਤੇ ਵਿਆਜ ਤੇ ਕਰਜ਼ਾ ਮਿਲ ਜਾਂਦਾ ਸੀ, ਫਿਰ ਮੂਲ ਵੀ ਫਸਲ ਦੇ ਕੱਟਣ ਤੋਂ ਪਹਿਲਾਂ ਹੀ ਮਿਲ ਜਾਂਦਾ ਸੀ, ਕਿਉਂਕਿ ਅੰਗਰੇਜ਼ਾਂ ਨੂੰ ਇਹਦੇ ਪਿੱਛੇ ਹੋਣ ਵਾਲਾ ਵੱਡਾ ਮੁਨਾਫਾ ਇਹ ਸਾਰਾ ਕੁਝ ਕਰਾ ਰਿਹਾ ਸੀ। ਪਰ ਇਸ ਤੋਂ ਛੇਤੀ ਬਾਅਦ ਫਿਰ ਇਹਦੇ ਨੁਕਸਾਨ ਵੀ ਦੇਖਣ ਨੂੰ ਮਿਲੇ। ਉਸ ਵੇਲੇ ਦੇ ਵਿੱਚ ਨੁਕਸਾਨ ਇਹ ਹੋਇਆ ਵੀ ਜਿਹੜੀ ਅਫੀਮ ਦੀ ਫਸਲ ਹੈ ਉਹ ਬਹੁਤ ਭਾਰੀ ਫਸਲ ਹੁੰਦੀ ਹੈ, ਜਿਹੜੀ ਕਿ ਜ਼ਮੀਨ ਦੀ ਸਾਰੀ ਉਪਜਾਊ ਸ਼ਕਤੀ ਨੂੰ ਖਿੱਚ ਲੈਂਦੀ ਹੈ, ਅਤੇ ਸੰਨ 1770 ਦੇ ਵਿੱਚ ਹੀ ਬੰਗਾਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਭੁੱਖਮਰੀ ਹੋਈ, ਕਾਲ ਪੈ ਗਿਆ, ਜਿਹਦੇ ਸਿੱਟੇ ਵਜੋਂ 50 ਲੱਖ ਤੋਂ ਲੈ ਕੇ 1 ਕਰੋੜ ਲੋਕ ਮਾਰੇ ਗਏ। ਇਹ ਤਾਂ ਇਕੱਲੇ ਬੰਗਾਲ ਦਾ ਹਾਲ ਸੀ, ਇਸ ਤੋਂ ਇਲਾਵਾ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹੀ ਕੁਛ ਹੋਇਆ। ਸਿੱਟਾ ਕੀ ਨਿਕਲਿਆ ਕਿ ਕਿਸਾਨ ਬਹੁਤ ਜ਼ਿਆਦਾ ਕਰਜ਼ ਦੇ ਵਿੱਚ ਡੁੱਬ ਗਏ, ਕਿਉਂਕਿ ਕਿਸਾਨਾਂ ਦੀ ਲਾਗਤ ਨਾਲੋਂ ਉਹਨਾਂ ਦਾ ਜਿਹੜਾ ਮੁਨਾਫਾ ਹੈ ਬਹੁਤ ਘੱਟ ਸੀਗਾ। ਪਰ ਇਹ ਸਾਰੇ ਕਾਸੇ ਨੂੰ ਸਾਈਡ ਦੇ ਵਿੱਚ ਰੱਖ ਕੇ ਅੰਗਰੇਜ਼ਾਂ ਦੀ ਜਿਹੜੀ ਈਸਟ ਇੰਡੀਆ ਕੰਪਨੀ ਸੀ, ਉਹਨੇ ਆਪਣਾ ਵਪਾਰ ਅਫੀਮ ਦਾ ਜ਼ੋਰਾਂ 'ਤੇ ਰੱਖਿਆ ਅਤੇ ਆਪਣਾ ਸਾਮਰਾਜ ਫੈਲਾਉਂਦੀ ਗਈ। ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲੀ ਅਫੀਮ ਏਜੰਸੀ ਆਪਣੀ ਬੰਗਾਲ ਦੇ ਵਿੱਚ ਸੰਨ 1775 ਦੇ ਵਿੱਚ ਖੋਲ੍ਹੀ। ਉਸ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਬਨਾਰਸ ਅਤੇ ਗਾਜ਼ੀਪੁਰ ਦੀ। ਅੰਗਰੇਜ਼ਾਂ ਨੇ ਉਸ ਵੇਲੇ ਅਫੀਮ ਦੇ ਇਹਨਾਂ ਕੇਂਦਰਾਂ ਦੇ ਵਿੱਚੋਂ ਬਹੁਤ ਸਾਰਾ ਪੈਸਾ ਕਮਾ ਕੇ, ਬਹੁਤ ਸਾਰਾ ਮੁਨਾਫਾ ਕਮਾ ਕੇ ਆਪਣੇ ਰਾਜ ਦਾ ਸਾਮਰਾਜ ਜਿਹੜਾ ਉਹ ਵਧਾਇਆ। ਹਾਲਾਂਕਿ ਅੱਜ ਵੀ ਅਫੀਮ ਦੇ ਵੱਡੇ ਕੇਂਦਰ ਇਹੀ ਨੇ। ਫਿਰ ਇੱਕ ਸਮਾਂ ਆਇਆ ਜਦੋਂ ਭਾਰਤ ਦੀ ਜਿਹੜੀ ਮਾਰਕੀਟ ਹੈ ਉਹ ਸੈਚੂਰੇਟ ਹੋ ਗਈ, ਮਤਲਬ ਕਿ ਜਿੰਨੇ ਲੋਕ ਅਫੀਮ 'ਚ ਹੀ ਹੋਣੇ ਸੀ ਉਹ ਹੋ ਚੁੱਕੇ ਸੀ, ਨਵਾਂ ਕੋਈ ਗਾਹਕ ਨਹੀਂ ਸੀ। ਫਿਰ ਇਹਨਾਂ ਨੇ ਵਿਦੇਸ਼ਾਂ ਦੇ ਵਿੱਚ ਅਫੀਮ ਦਾ ਨਿਰਯਾਤ ਸ਼ੁਰੂ ਕੀਤਾ। ਹੁਣ ਵਿਦੇਸ਼ਾਂ ਦੇ ਵਿੱਚ ਵਪਾਰ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਈਸਟ ਇੰਡੀਆ ਕੰਪਨੀ ਨੇ ਚੀਨ ਤੋਂ। ਇਹਦੇ ਪਿੱਛੇ ਵੀ ਇੱਕ ਕਹਾਣੀ ਸੀ। ਅਸਲ ਦੇ ਵਿੱਚ ਹੋਇਆ ਇੱਦਾਂ ਵੀ ਅੰਗਰੇਜ਼ ਜਿਹੜੇ ਹੈ ਉਹ ਸੀਗੇ ਚਾਹ ਦੇ ਦੀਵਾਨੇ, ਅਤੇ ਚਾਹ ਉਸ ਵੇਲੇ ਪੈਦਾ ਹੁੰਦੀ ਸੀ ਸਿਰਫ ਚੀਨ ਦੇ ਵਿੱਚ,
ਹਾਲਾਂਕਿ ਪੈਦਾ ਹੋਰ ਥਾਵਾਂ 'ਤੇ ਵੀ ਹੁੰਦੀ ਸੀ, ਪਰ ਇਹਨੂੰ ਪ੍ਰੋਸੈਸ ਕਰਕੇ ਬਣਾਉਣ ਦਾ ਜਿਹੜਾ ਸੀਕ੍ਰੇਟ ਸੀਗਾ ਉਹ ਸਿਰਫ ਚੀਨ ਦੇ ਕੋਲ ਸੀਗਾ। ਹੁਣ ਅੰਗਰੇਜ਼ਾਂ ਨੂੰ ਚਾਹ ਚੀਨ ਤੋਂ ਖਰੀਦਣੀ ਪੈਂਦੀ ਸੀ ਅਤੇ ਉਹਦੇ ਬਦਲੇ ਦੇ ਵਿੱਚ ਕੁਝ ਦੇਣਾ ਪੈਂਦਾ ਸੀ। ਉਸ ਵੇਲੇ ਕਪਾਹ ਵੀ ਇੱਕ ਆਦਾਨ ਪ੍ਰਦਾਨ ਦਾ ਜ਼ਰੀਆ ਹੋ ਸਕਦਾ ਸੀ, ਪਰ ਕਪਾਹ ਜਿਹੜੀ ਹੈ ਉਹ ਚੀਨ ਵਾਲਿਆਂ ਕੋਲ ਆਪਣੀ ਬਹੁਤ ਹੁੰਦੀ ਸੀ। ਉਸ ਵੇਲੇ ਤੱਕ ਚੀਨ ਦੇ ਵਿੱਚ ਕਪਾਹ ਦਾ ਉਤਪਾਦਨ ਹੋਣ ਲੱਗ ਗਿਆ ਸੀ। ਤਾਂ ਚੀਨ ਜਿਹੜਾ ਹੈ ਉਹ ਅੰਗਰੇਜ਼ਾਂ ਤੋਂ ਚਾਂਦੀ ਦੀ ਡਿਮਾਂਡ ਕਰਦਾ ਸੀ, ਕਿਉਂਕਿ ਅੰਗਰੇਜ਼ਾਂ ਦੇ ਕੋਲ ਚਾਂਦੀ ਬਹੁਤ ਸੀ। ਪਰ ਅੰਗਰੇਜ਼ ਨਹੀਂ ਸੀ ਚਾਹੁੰਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਚਾਂਦੀ ਚਾਹ ਦੇ ਬਦਲੇ ਚੀਨੀਆਂ ਨੂੰ ਦਿੱਤੀ ਜਾਏ। ਫਿਰ ਦਿੰਦੇ ਵੀ ਕਿੰਨੇ ਕੁ, ਕਿਉਂਕਿ ਅੰਗਰੇਜ਼ਾਂ ਦੇ ਕੋਲ ਚਾਹ ਦੀ ਬਹੁਤ ਜ਼ਿਆਦਾ ਖਪਤ ਸੀ। ਸੋ ਉਹਨਾਂ ਦਾ ਜਿਹੜਾ ਰਾਜ ਪਰਿਵਾਰ ਸੀਗਾ ਅੰਗਰੇਜ਼ਾਂ ਦਾ, ਉਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਕਿਹਾ ਵੀ ਇਹਦਾ ਕੋਈ ਰਾਹ ਲੱਭੋ, ਕੋਈ ਹੱਲ ਕੱਢੋ ਵੀ ਚੀਨ ਵਾਲਿਆਂ ਤੋਂ ਆਪਾਂ ਚਾਹ ਜਿਹੜੀ ਉਹ ਸੌਖੇ ਤਰੀਕਿਆਂ ਲੈ ਸਕੀਏ। ਹੁਣ ਈਸਟ ਇੰਡੀਆ ਕੰਪਨੀ ਨੇ ਰਾਜ ਪਰਿਵਾਰ ਦੇ ਆਰਡਰ ਨੂੰ ਫੋਲੋ ਕਰਦਿਆਂ ਕੀ ਕੀਤਾ, ਚੀਨ ਦੇ ਵਿੱਚ ਅਫੀਮ ਨੂੰ ਅਲੀਗਲ ਤਰੀਕੇ ਨਾਲ ਵੇਚਣਾ ਸ਼ੁਰੂ ਕੀਤਾ, ਕਿਉਂਕਿ ਉੱਥੇ ਕਾਨੂੰਨੀ ਤੌਰ 'ਤੇ ਕੋਈ ਮਾਨਤਾ ਨਹੀਂ ਸੀ ਅਫੀਮ ਦੀ ਚਾਈਨਾ ਦੇ ਵਿੱਚ। ਅਫੀਮ ਦਾ ਅਲੀਗਲ ਵਪਾਰ ਕਰਨ ਦਾ ਫਾਇਦਾ ਇਹ ਹੈ ਵੀ ਜਿੰਨਾ ਤੁਸੀਂ ਇਹਨੂੰ ਵੇਚੋਗੇ ਲੋਕ ਉਹਦੇ ਇੰਨੇ ਹੀ ਜ਼ਿਆਦਾ ਜਿਹੜੇ ਗੁਲਾਮ ਹੁੰਦੇ ਜਾਂਦੇ ਆ, ਇਹਦੀ ਡਿਮਾਂਡ ਉੰਨੀ ਉਹ ਵੱਧਦੀ ਜਾਂਦੀ ਹੈ। ਤਾਂ ਇਹਨਾਂ ਨੇ ਅੰਗਰੇਜ਼ਾਂ ਨੇ ਭਾਰਤ ਦੀ ਉਗਾਈ ਹੋਈ ਅਫੀਮ ਚੀਨ ਦੇ ਵਿੱਚ ਵੇਚਣੀ ਸ਼ੁਰੂ ਕੀਤੀ ਅਤੇ ਬਦਲੇ ਦੇ ਵਿੱਚ ਉਹਨਾਂ ਤੋਂ ਚਾਂਦੀ ਲੈਣੀ ਸ਼ੁਰੂ ਕੀਤੀ। ਫਿਰ ਉਸੇ ਚਾਂਦੀ ਨੂੰ ਵੇਚ ਕੇ ਦੁਬਾਰਾ ਚਾਈਨਾ ਵਾਲਿਆਂ ਨੂੰ ਉਹਨਾਂ ਤੋਂ ਚਾਹ ਲੈਣੀ ਸ਼ੁਰੂ ਕੀਤੀ ਅਤੇ ਕਰੀਬ 100 ਸਾਲ ਤੱਕ ਇਹ ਧੰਦਾ ਚੱਲਿਆ। ਫਿਰ ਚੀਨ ਦਾ ਜਿਹੜਾ ਰਾਜਾ ਸੀ ਉਹ ਇੱਕ ਸਮੇਂ 'ਤੇ ਆ ਕੇ ਦੁਖੀ ਹੋ ਗਿਆ, ਕਿਉਂਕਿ ਚੀਨ ਦੇ ਵਿੱਚ ਲੋਕ ਅਫੀਮ 'ਚ ਹੀ ਹੁੰਦੇ ਜਾ ਰਹੇ ਸੀ। ਚੀਨ ਦੇ ਲੋਕ ਇੰਨੇ ਕੁ ਅਫੀਮ 'ਚ ਹੀ ਹੋ ਗਏ ਸੀ ਵੀ ਉਹ ਅਫੀਮ ਖਾ ਕੇ ਸਾਰਾ ਦਿਨ ਪਏ ਰਹਿੰਦੇ ਸੀ, ਕੋਈ ਕੰਮ ਨਹੀਂ ਸੀ ਕਰਦੇ। ਦੂਜੇ ਪਾਸੇ ਅੰਗਰੇਜ਼ਾਂ ਕੋਲੋਂ ਉਹ ਚਾਂਦੀ ਖਰੀਦਦੇ ਸੀਗੇ ਚਾਹ ਦੇ ਬਦਲੇ, ਉਹ ਵੀ ਅਫੀਮ ਦੇ ਬਦਲੇ ਜਾ ਰਹੀ ਸੀ। ਮਤਲਬ ਕਿ ਚੀਨ ਵਾਸਤੇ ਘਾਟਾ ਹੀ ਘਾਟਾ ਸੀ ਹਰ ਪਾਸੇ। ਹੁਣ ਚੀਨ ਨੇ ਇਹਦਾ ਕੀ ਜਵਾਬ ਦਿੱਤਾ? ਸੰਨ 1839 ਦੇ ਵਿੱਚ ਚੀਨ ਦੇ ਕਿੰਗ ਸਾਮਰਾਜ ਨੇ ਅਫੀਮ ਦੇ 20,000 ਬਕਸੇ ਸਮੁੰਦਰ ਦੇ ਵਿੱਚ ਵਹਾ ਦਿੱਤੇ ਇੱਦਾਂ ਹੀ, ਜਿਹਦਾ ਅੰਗਰੇਜ਼ਾਂ ਨੂੰ ਖਾਸਾ ਨੁਕਸਾਨ ਹੋਇਆ ਅਤੇ ਬ੍ਰਿਟਿਸ਼ ਦੇ ਨਾਲ ਚਾਹ ਦਾ ਵਪਾਰ ਮੁਕੰਮਲ ਤੌਰ 'ਤੇ ਬੰਦ ਕਰਤਾ। ਇਸ ਦੇ ਬਦਲੇ ਵਿੱਚ ਬ੍ਰਿਟਿਸ਼ ਨੇ ਯੁੱਧ ਦੀ ਘੋਸ਼ਣਾ ਕਰਤੀ। ਹੋਇਆ ਕਿ 1839 ਤੋਂ ਲੈ ਕੇ 1852 ਤੱਕ ਦੋ ਯੁੱਧ ਹੋਏ, ਜਿਨ੍ਹਾਂ ਨੂੰ ਓਪੀਅਮ ਵਾਰ ਜਾਂ ਅਫੀਮ ਦੇ ਯੁੱਧ ਵੀ ਕਿਹਾ ਜਾਂਦਾ ਹੈ। ਇਹਨਾਂ ਜੰਗਾਂ ਦੇ ਵਿੱਚ ਚੀਨ ਨੂੰ ਨਾ ਸਿਰਫ ਹਾਰ ਦਾ ਸਾਹਮਣਾ ਕਰਨਾ ਪਿਆ ਬਲਕਿ ਇੱਕ ਭਾਰੀ ਜੁਰਮਾਨਾ ਵੀ ਭਰਨਾ ਪਿਆ। ਇੱਥੋਂ ਤੱਕ ਕਿ ਚੀਨ ਦੇ ਹਾਂਗਕਾਂਗ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਬ੍ਰਿਟੇਨ ਦੇ ਹੱਥਾਂ ਵਿੱਚ ਚਲਾ ਗਿਆ। ਇਹ ਤਾਂ ਸੀਗਾ ਅਫੀਮ ਦੇ ਇਤਿਹਾਸ ਦਾ ਇੱਕ ਪੱਖ। ਅਫੀਮ ਦੇ ਇਤਿਹਾਸ ਨੂੰ ਹੋਰ ਚੰਗੀ ਤਰ੍ਹਾਂ ਵਾਚਣ ਵਾਸਤੇ ਆਪਾਂ ਨੂੰ ਇਹਦਾ ਇੱਕ ਹੋਰ ਪੱਖ ਦੇਖਣਾ ਪਏਗਾ ਜਿਹੜਾ ਮੈਡੀਸਨ ਨਾਲ ਸੰਬੰਧਿਤ ਹੈ। ਅਫੀਮ ਤੋਂ ਇੱਕ ਦਵਾਈ ਬਣਦੀ ਹੈ ਜਿਹਨੂੰ ਮੋਰਫਿਨ ਕਿਹਾ ਜਾਂਦਾ ਹੈ। ਇਸ ਨੂੰ ਇੱਕ ਹੋਰ ਨਾਂ ਨਾਲ ਜਾਣਿਆ ਜਾਂਦਾ ਹੈ ਜਿਹਦਾ ਨਾਮ ਹੈ ਗੋਡਸ ਔਨ ਮੈਡੀਸਨ, ਜਿਹਦਾ ਮਤਲਬ ਹੈ ਕਿ ਪਰਮਾਤਮਾ ਦੀ ਦਵਾਈ ਜਾਂ ਭਗਵਾਨ ਦੀ ਦਵਾਈ। ਅਜਿਹਾ ਇਸ ਲਈ ਕਿਉਂਕਿ ਇਹ ਦੁਨੀਆ ਦੀ ਸਭ ਤੋਂ ਬਿਹਤਰੀਨ ਪੇਨ ਕਿਲਰ ਹੈ ਜੋ ਕਿ ਸਿੱਧੇ ਤੌਰ 'ਤੇ ਸਾਡੇ ਸੈਂਟਰਲ ਨਰਵਸ ਸਿਸਟਮ 'ਤੇ ਕੰਮ ਕਰਦੀ ਹੈ। ਮੋਰਫਿਨ ਅਫੀਮ ਦਾ ਹੀ ਇੱਕ ਪ੍ਰਕਾਰ ਹੈ ਜਿਹੜਾ ਅਫੀਮ ਨੂੰ ਸੋਧ ਕੇ ਬਣਾਇਆ ਜਾਂਦਾ ਹੈ। ਹੁਣ ਅੱਜ ਕੱਲ੍ਹ ਲੈਬ ਦੇ ਵਿੱਚ ਸਿੰਥੈਟਿਕ ਤਰੀਕੇ ਨਾਲ ਵੀ ਮੋਰਫਿਨ ਤਿਆਰ ਹੋ ਜਾਂਦਾ ਹੈ। ਮੋਰਫਿਨ ਦੀ ਖੋਜ 1803 ਦੇ ਵਿੱਚ ਜਰਮਨ ਦੇ ਇੱਕ ਫਾਰਮਾਸਿਸਟ ਫਰੈਡਰਿਕ ਵਿਲੀਅਮ ਸਰਟਰਨਰ ਨੇ ਕੀਤੀ ਸੀ। 1843 ਦੇ ਵਿੱਚ ਪਹਿਲੀ ਵਾਰ ਮੋਰਫਿਨ ਨੂੰ ਇੰਜੈਕਸ਼ਨ ਦੇ ਰੂਪ ਦੇ ਵਿੱਚ ਦੇਣ ਦੀ ਪ੍ਰਕਿਰਿਆ ਆਰੰਭ ਹੋਈ। ਇੰਜੈਕਸ਼ਨ ਦੇ ਜ਼ਰੀਏ ਮੋਰਫਿਨ ਦੇਣ ਦੀ ਮਹੱਤਤਾ ਇਸ ਕਰਕੇ ਜ਼ਿਆਦਾ ਸੀ ਕਿਉਂਕਿ ਇਹਦੇ ਨਾਲ ਮੋਰਫਿਨ ਦਾ ਅਸਰ ਜਿਹੜਾ ਹੈ ਉਹ 3 ਗੁਣਾ ਜ਼ਿਆਦਾ ਹੁੰਦਾ ਸੀ। ਹਾਲਾਂਕਿ ਇਸਦਾ ਇਹ ਰੂਪ ਇਸ ਨੂੰ ਸਭ ਤੋਂ ਵੱਡਾ ਨਸ਼ਾ ਵੀ ਬਣਾਉਂਦਾ ਹੈ। ਸਾਲ 1874 ਦੇ ਵਿੱਚ ਸੀ ਆਰ ਐਲਡਰ ਰਾਈਟ ਨਾਮ ਦੇ ਇੱਕ ਕੈਮਿਸਟ ਨੇ
ਇਸ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਇਆ। ਉੱਥੋਂ ਸਭ ਤੋਂ ਪਹਿਲਾਂ ਪਤਾ ਲੱਗਾ ਇੱਕ ਹੈਰੋਇਨ ਦੇ ਨਸ਼ੇ ਬਾਰੇ। ਪੂਰਬ ਤੋਂ ਲੈ ਕੇ ਪੱਛਮ ਤੱਕ ਹੈਰੋਇਨ ਦਾ ਸੰਕਟ ਕੁਝ ਹੀ ਦਹਾਕਿਆਂ ਦੇ ਵਿੱਚ ਇੰਨਾ ਜ਼ਿਆਦਾ ਗਹਿਰਾ ਹੋ ਗਿਆ, ਇੰਨਾ ਜ਼ਿਆਦਾ ਫੈਲ ਗਿਆ ਕਿ ਅਮੈਰੀਕਾ ਨੂੰ 1909 ਦੇ ਵਿੱਚ ਅਫੀਮ ਦੇ ਉੱਤੇ ਮੁਕੰਮਲ ਤੌਰ 'ਤੇ ਬੈਨ ਲਾਉਣਾ ਪਿਆ, ਕਿਉਂਕਿ ਅਫੀਮ ਹੈਰੋਇਨ ਦੀ ਮਾਂ ਸੀ। 1910 ਦੇ ਵਿੱਚ ਬ੍ਰਿਟੇਨ ਨੇ ਵੀ ਇਹਦੇ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾ ਦਿੱਤੀ। ਆਧੁਨਿਕ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਸੰਨ 1953 ਦੇ ਵਿੱਚ ਸੰਯੁਕਤ ਰਾਸ਼ਟਰ ਅਫੀਮ ਸੰਮੇਲਨ ਹੋਇਆ, ਜਿਹਦੇ ਵਿੱਚ ਅਫੀਮ ਨੂੰ ਉਗਾਉਣ ਬਾਰੇ ਅਤੇ ਉਹਦੇ ਟ੍ਰੇਡ ਬਾਰੇ ਬਹੁਤ ਸਾਰੇ ਰੂਲ ਰੈਗੂਲੇਸ਼ਨ ਬਣਾਏ ਗਏ। ਸਾਲ 1961 ਦੇ ਵਿੱਚ ਸੰਯੁਕਤ ਰਾਸ਼ਟਰ ਦੇ ਉਹਨਾਂ 11 ਦੇਸ਼ਾਂ ਦੇ ਵਿੱਚ ਇੰਡੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਹੜੇ ਆਪਣੇ ਖੇਤਰ ਦੇ ਵਿੱਚ ਅਫੀਮ ਉਗਾ ਸਕਦੇ ਹੈ, ਉਹ ਵੀ ਪੂਰਨ ਤੌਰ 'ਤੇ ਕਾਨੂੰਨੀ ਤਰੀਕਿਆਂ ਦੇ ਨਾਲ। ਅਫੀਮ ਦੀ ਖੇਤੀ ਜਿਹੜੀ ਹੈ ਉਹ ਦੋ ਤਰੀਕਿਆਂ ਨਾਲ ਹੁੰਦੀ ਹੈ, ਜਾਣੀ ਕਿ ਜਿਹੜਾ ਅਫੀਮ ਦਾ ਬੂਟਾ ਹੈ ਉਹਦੇ ਵਿੱਚੋਂ ਇੱਕ ਜਿਹੜਾ ਡੋਡਾ ਹੁੰਦਾ ਹੈ ਉਹਦੇ ਵਿੱਚੋਂ ਇੱਕ ਤਾਂ ਜਿਹੜਾ ਪਦਾਰਥ ਨਿਕਲਦਾ ਹੈ ਲੇਟਿਕਸ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੂੰ ਅਫੀਮ ਕਹਿੰਦੇ ਹਾਂ, ਉਹ ਹੁੰਦਾ ਹੈ ਬਹੁਤੇ ਨਸ਼ੀਲੇ ਪਦਾਰਥ ਬਣਾਉਣ ਵਾਸਤੇ, ਅਤੇ ਇੱਕ ਹੁੰਦਾ ਹੈ ਡੋਡੇ ਨੂੰ ਪੱਕਣ ਤੋਂ ਬਾਅਦ ਜਿਹੜੀ ਉਹਦੇ ਵਿੱਚੋਂ ਖਸ ਖਸ ਨਿਕਲਦੀ ਹੈ, ਇੱਕ ਉਹਦੀ ਖੇਤੀ ਹੁੰਦੀ ਹੈ। ਮੈਂ ਤੁਹਾਨੂੰ ਦੱਸ ਦੇਵਾਂ, ਭਾਰਤ ਇਕਲੌਤਾ ਇਹੋ ਜਿਹਾ ਦੇਸ਼ ਹੈ ਜਿਹਨੂੰ ਸੰਯੁਕਤ ਰਾਸ਼ਟਰ ਵੱਲੋਂ ਕਾਨੂੰਨੀ ਤੌਰ 'ਤੇ ਇਹ ਮਾਨਤਾ ਹੈਗੀ ਹੈ ਵੀ ਉਹ ਲੇਟਿਕਸ ਦਾ ਕੱਚੇ ਡੋਡੇ ਦੇ ਵਿੱਚੋਂ ਪੱਚ ਲਾ ਕੇ ਅਫੀਮ ਕੱਢਣ ਨਿਰਯਾਤ ਹੈ ਜਿਹੜਾ ਉਹ ਕਰ ਸਕਦਾ। ਪਰ ਇਹ ਜਿਹੜੀ ਖੇਤੀ ਹੈ ਅਫੀਮ ਦੀ, ਇਹ ਬਾਕਾਇਦਾ ਲਾਇਸੈਂਸ ਸ਼ੁਦਾ ਲਾਇਸੈਂਸ ਲੈ ਕੇ ਸਰਕਾਰ ਤੋਂ ਕਿੰਨੇ ਏਰੀਏ ਦੇ ਵਿੱਚ ਕਿੰਨੇ ਰਕਬੇ 'ਚ ਕਰਨੀ ਹੈ, ਉਹਦੀ ਜਿਹੜੀ ਫਸਲ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, ਜੋ ਉਹਦੀ ਫਸਲ ਹੋਣੀ ਚਾਹੀਦੀ ਹੈ ਉਹ ਤੋਂ ਘਟਣੀ ਨਹੀਂ ਚਾਹੀਦੀ, ਪੂਰੇ ਕਾਨੂੰਨੀ ਤੌਰ 'ਤੇ ਮਾਪ ਤੋਲ ਕਰਕੇ ਉਹਨੂੰ ਕਾਨੂੰਨ ਦੀ ਨਿਗਾਹ ਦੇ ਵਿੱਚ ਕੀਤਾ ਜਾਂਦਾ ਹੈ, ਬਹੁਤ ਜ਼ਿਆਦਾ ਉਹਦੇ ਉੱਤੇ ਸਰਵੀਲੈਂਸ ਰੱਖਿਆ ਜਾਂਦਾ। ਸਾਡੇ ਗਵਾਂਢੀ ਸੂਬੇ ਰਾਜਸਥਾਨ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਖੇਤੀ ਦੀ ਮਾਨਤਾ ਹੈਗੀ ਹੈ, ਹਾਲਾਂਕਿ ਸਾਡੀ ਵਿਧਾਨ ਸਭਾ ਦੇ ਵਿੱਚ ਇਸ ਵਾਰ ਮੰਗ ਉੱਠੀ ਹੈ, ਬਾਕੀ ਉਹ ਮੰਗ ਪੂਰੀ ਹੁੰਦੀ ਹੈ ਨਹੀਂ ਹੁੰਦੀ ਉਹ ਅੱਗੇ ਦੇਖਣਾ ਹੋਏਗਾ। ਦੋਸਤੋ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਅਫੀਮ ਦੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਅੱਜ ਜਿਹੜਾ ਮੈਂ ਤੁਹਾਨੂੰ ਅਫੀਮ ਦਾ ਇਤਿਹਾਸ ਦੱਸਿਆ, ਧੁਰ ਤੋਂ ਲੈ ਕੇ ਧੁਰ ਤੱਕ, ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬੜੀ ਜਲਦੀ ਨਵੀਂ ਗੱਲ 'ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ। ਸਤਿ ਸ਼੍ਰੀ ਅਕਾਲ ਦੋਸਤੋ।